ਸਿਖਰ ਦੁਪਹਿਰਾ ਅੱਤ ਦੀ ਗਰਮੀ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧਰਮਕੋਟ ਦੇ ਪਿੰਡਾਂ ਦੀਆਂ ਹਨ। ਆਪਣੇ ਵਰਕਰਾਂ ਦੇ ਨਾਲ ਇੱਥੇ ਚੋਣ ਪ੍ਰਚਾਰ ਕਰਨ ਪਹੁੰਚੇ ਨੇ, ਪਿੰਡ ਦੇ ਲੋਕਾਂ ਨੂੰ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਇੱਥੇ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ, ਚੋਣ ਪ੍ਰਚਾਰ ਕਰ ਰਹੇ ਨੇ ਅਤੇ ਲੋਕਾਂ ਨੂੰ ਵੋਟ ਦੀ ਅਪੀਲ ਕਰ ਰਹੇ ਨੇ। ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਅਤੇ 4 ਜੂਨ ਨੂੰ ਨਤੀਜੇ ਆਉਣੇ ਨੇ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਸ਼ਾਮਲ ਹੋ ਰਹੇ ਨੇ, ਦੇਖ ਸਕਦੇ ਹੋ ਤੁਸੀਂ ਪਿੰਡ ਦੇ ਖੇਤ ਦੇ ਵਿੱਚ ਟੈਂਟ ਲਗਾਇਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਇਸ ਚੋਣ ਪ੍ਰਚਾਰ ਦੇ ਵਿੱਚ ਪਹੁੰਚੇ ਨੇ, ਕਰਮਜੀਤ ਅਨਮੋਲ ਨੂੰ ਸੁਣਨ ਦੇ ਲਈ ਪਹੁੰਚੇ ਨੇ ਔਰ ਕਰਮਜੀਤ ਅਨਮੋਲ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਅਤੇ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਗਿਣਵਾ ਰਹੇ ਨੇ ਅਤੇ ਵੋਟ ਅਪੀਲ ਕਰ ਰਹੇ ਨੇ। ਮੇਰੇ ਸਾਹਮਣੇ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ, ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਬੱਚੇ ਅਤੇ ਨੌਜਵਾਨ ਸਾਥੀਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਾ ਕਿਸੇ ਨੂੰ ਨਿੰਦਣਾ ਹੈ ਨਾ ਭੰਡਣਾ ਆ, ਸਰਕਾਰ ਦੇ ਕੀਤੇ ਹੋਏ 2 ਸਾਲਾਂ ਦੇ ਕੰਮਾਂ ਦੇ ਆਧਾਰ 'ਤੇ ਵੋਟ ਮੰਗਣਾ ਆ। ਜਿੰਨੇ ਕੰਮ ਸਰਕਾਰ ਨੇ ਆ ਸਿਰਫ 2 ਸਾਲਾਂ 'ਚ ਕੀਤੇ ਹੈ, ਪਿਛਲੀਆਂ ਸਰਕਾਰਾਂ ਨੇ ਇੰਨੇ ਕੰਮ 70 ਸਾਲਾਂ 'ਚ ਨਹੀਂ ਕੀਤੇ। ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ, ਚਾਹੇ ਬਿਜਲੀ ਮਾਫੀ ਦੀ ਗੱਲ ਹੋਵੇ, ਚਾਹੇ ਖੇਤਾਂ ਵਾਲੀ ਬਿਜਲੀ ਦੀ ਗੱਲ ਹੋਵੇ, ਚਾਹੇ ਸਿੱਖਿਆ ਦੀ ਗੱਲ ਹੋਵੇ, ਚਾਹੇ ਸਿਹਤ ਸਹੂਲਤਾਂ ਦੀ ਗੱਲ ਹੋਵੇ। ਸੋ ਦੋਸਤੋ, ਐਸੀ ਇਮਾਨਦਾਰ ਸਰਕਾਰ ਆਈ ਹੈ ਜਿਹਨੇ ਆਮ ਲੋਕਾਂ ਨੂੰ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ, ਜਿਹੜੀਆਂ ਨੌਕਰੀਆਂ ਦਿੱਤੀਆਂ ਉਹ ਨੌਕਰੀਆਂ ਵੀ ਉਹਨਾਂ ਨੂੰ ਦਿੱਤੀਆਂ ਜਿਹਦਾ ਹੱਕ ਬਣਦਾ ਸੀ। ਪਹਿਲਾਂ ਸਿਫਾਰਿਸ਼ਾਂ 'ਤੇ ਨੌਕਰੀਆਂ ਮਿਲਦੀਆਂ ਜਾਂ ਪੈਸੇ ਨਾਲ। ਪਹਿਲੀ ਵਾਰ ਹੋਇਆ ਗਰੀਬ ਘਰਾਂ ਦੇ ਜਵਾਕਾਂ ਨੂੰ ਵੀ ਨੌਕਰੀਆਂ ਮਿਲੀਆਂ, ਕੋਈ ਬੱਕਰੀਆਂ ਚਾਰਨ ਵਾਲੇ ਦੇ ਬੱਚਿਆਂ ਨੂੰ ਮਿਲੀਆਂ, ਕੋਈ ਜੂਸ ਦੀ ਰੇਹੜੀ ਲਾਉਣ ਵਾਲੇ ਦੇ ਬੱਚਿਆਂ ਨੂੰ ਮਿਲੀਆਂ, ਕੋਈ ਖੇਤ ਮਜ਼ਦੂਰ ਦੇ ਬੱਚਿਆਂ ਨੂੰ ਮਿਲੀਆਂ, ਕੋਈ ਰਿਕਸ਼ਾ ਚਲਾਉਣ ਵਾਲੇ ਦੇ ਬੱਚਿਆਂ ਨੂੰ ਮਿਲੀਆਂ। ਇਹ ਪਹਿਲੀ ਵਾਰ ਹੋਇਆ। ਕਈ ਵਾਰੀ ਤਾਂ ਕਈ ਪਿੰਡਾਂ 'ਚ ਜਾਂਦੇ ਹਾਂ, ਬਜ਼ੁਰਗ ਦੱਸਦੇ ਨੇ ਕਿ ਮੇਰੇ ਮੁੰਡੇ ਵਾਸਤੇ 4 ਨੌਕਰੀਆਂ ਸੀ, 4 ਨੌਕਰੀਆਂ ਨਿਕਲੀਆਂ, ਹੁਣ ਕਰਨੀ ਇੱਕੋ ਹੀ ਹੈ। ਇੱਕ ਬੰਦੇ ਨੂੰ ਵੀ 4-4 ਨੌਕਰੀਆਂ ਉਹ ਡਿਜ਼ਰਵ ਕਰਦਾ ਸੀ ਬੰਦਾ ਜਿਹੜਾ। ਉਹਨਾਂ ਨੂੰ ਕਿਹਾ ਕਿ ਵੀ ਜਿਹੜਾ ਤੁਹਾਨੂੰ ਠੀਕ ਲੱਗਦਾ ਉਸ ਮਹਿਕਮੇ 'ਚ ਆ ਜਾਓ। ਸੋ ਇਹ ਪਹਿਲਾਂ ਕਦੇ ਵੀ ਨਹੀਂ ਹੋਇਆ ਜ਼ਿੰਦਗੀ 'ਚ। ਸੋ ਬਾਕੀ ਜੇ ਮੈਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਗਣਾਉਣ ਲੱਗ ਜਾਂ ਉਹਨਾਂ ਦੇ ਕੰਮਾਂ ਬਾਰੇ ਗਣਾਉਣ ਲੱਗ ਜਾਂ ਤਾਂ ਮੈਨੂੰ ਇੱਥੇ ਸ਼ਾਮ ਪੈ ਜੂ, ਲਿਸਟ ਬਹੁਤ ਲੰਬੀ ਹੈ। ਔਰ ਇੱਥੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਕਿਸਾਨਾਂ ਦਾ ਵੀ ਫਾਇਦਾ, ਸਾਡੇ ਗਰੀਬ ਮਜ਼ਦੂਰਾਂ ਦਾ ਵੀ ਫਾਇਦਾ, ਸਾਡੇ ਛੋਟੇ ਜਿਹੜੇ ਦੁਕਾਨਦਾਰ ਹੈ ਉਹਨਾਂ ਦਾ ਵੀ ਫਾਇਦਾ ਅਤੇ ਕਾਰੋਬਾਰੀਆਂ ਦਾ ਵੀ ਫਾਇਦਾ। ਫਿਰ ਇੱਕ ਜਿਹੜੇ ਸਕਿੱਲ ਸੈਂਟਰ ਖੋਲ੍ਹਾਂਗੇ ਜਿੱਥੇ ਬੱਚਿਆਂ ਨੂੰ ਹੱਥਾਂ ਦਾ ਹੁਨਰ ਸਿਖਾਇਆ ਜਾਊ। ਤੁਸੀਂ ਦੇਖਦੇ ਹੋਵੋਗੇ ਕਿ ਜਿਹੜੇ ਬੰਦੇ ਦਾਤੀਆਂ ਖੁਰਪੇ ਬਣਾਉਣ ਵਾਲੇ ਸੀ ਅੱਜ ਉਹ ਟਰੈਕਟਰ ਬਣਾ ਰਹੇ ਨੇ, ਅੱਜ ਉਹ ਕੰਬਾਈਨਾਂ ਬਣਾ ਰਹੇ ਨੇ। ਛੋਟੇ ਕੰਮਾਂ ਤੋਂ ਕਿੱਥੇ ਤੱਕ ਆਪਣੀਆਂ ਫੈਕਟਰੀਆਂ ਲੈ ਗਏ, ਉਹ ਕਿੱਥੇ ਤੱਕ ਕੰਮ ਲੈ ਗਏ, ਕਿਉਂ ਐਡੇ ਵੱਡੇ ਇੰਡਸਟਰੀਅਲਿਸਟ ਬਣੇ, ਕਿਉਂ ਐਡੇ ਐਡੇ ਕਾਰਖਾਨੇਦਾਰ ਬਣੇ, ਕਿਉਂਕਿ ਉਹਨਾਂ ਕੋਲ ਹੱਥਾਂ ਦਾ ਹੁਨਰ ਸੀ, ਹੱਥਾਂ ਨਾਲ ਮਿਹਨਤ ਕਰਨੀ ਆਉਂਦੀ ਸੀ। ਸੋ ਅਸੀਂ ਆਪਣੇ ਬੱਚੇ ਨੂੰ ਇੱਦਾਂ ਦੇ ਕੰਮ ਸਿਖਾਵਾਂਗੇ ਵੀ ਨੌਕਰੀਆਂ ਪਿੱਛੇ ਨਾ ਭੱਜਣ, ਬਲਕਿ 20-25 ਬੰਦੇ ਨੂੰ ਨੌਕਰੀਆਂ ਦੇਣ ਵਾਲੇ ਬਣਨ। ਸੋ ਬਾਕੀ ਪਿੰਡ ਪਿੰਡ ਗਰਾਊਂਡ ਬਣਾਵਾਂਗੇ ਤਾਂ ਕਿ ਬੱਚੇ ਨਸ਼ਿਆਂ ਵਾਲੀ ਜਿਹੜੀ ਭੈੜੀ ਅਲਾਮਤ ਤੋਂ ਦੂਰ ਰਹਿਣ,
ਤੇ ਆਪਣਾ ਸਰੀਰ ਸੰਭਾਲਣ ਤੇ ਖੇਡਾਂ ਦੇ ਵਿੱਚ ਮੱਲਾਂ ਮਾਰਨ, ਆਪਣੇ ਪਿੰਡ ਦਾ, ਆਪਣੇ ਇਲਾਕੇ ਦਾ, ਆਪਣੇ ਸੂਬੇ ਦਾ ਤੇ ਆਪਣੇ ਮੁਲਕ ਦਾ ਨਾਂ ਰੌਸ਼ਨ ਕਰਨ। ਸੋ ਬਾਕੀ ਜਿੰਨੇ ਯੂਥ ਕਲੱਬ ਨੇ ਉਹਨਾਂ ਨੂੰ ਵੀ ਤਕੜੇ ਕੀਤਾ ਜਾਊਗਾ ਤਾਂ ਕਿ ਯੂਥ ਕਲੱਬਾਂ ਨਾਲ ਮਿਲ ਕੇ ਪਿੰਡਾਂ ਦਾ ਵਿਕਾਸ ਹੋਰ ਵੀ ਕੀਤਾ ਜਾਵੇ। ਬਾਕੀ ਜਿੰਨੀਆਂ ਇਸ ਸਰਕਾਰ ਨੇ ਗਰੰਟੀਆਂ ਦਿੱਤੀਆਂ ਸੀ, ਜਿੰਨੇ ਵਾਅਦੇ ਕੀਤੇ ਸੀ, ਉਹਨਾਂ 'ਚੋਂ 70-80% ਵਾਅਦੇ ਆਹ 2 ਸਾਲਾਂ 'ਚ ਪੂਰੇ ਕਰਤੇ। ਜਿਹੜੇ ਹਾਥੀ ਲੰਘਿਆ ਪੂਛ ਰਹਿ ਗਈ। ਆਹ ਸਾਡੀਆਂ ਮਾਵਾਂ ਭੈਣਾਂ ਟੇਢੇ ਟੇਢੇ ਜਿਹਾ ਦੇਖਦੀਆਂ ਨੇ ਵੀ ਸਾਡੇ ਵਾਲਾ 1000 ਰੁਪਇਆ ਨਹੀਂ ਆਇਆ, ਉਹ ਵੀ 5-7 ਮਹੀਨਿਆਂ ਦੇ ਵਿੱਚ ਆਉਣ ਲੱਗ ਜੂਗਾ। ਬਾਕੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ 1000 ਰੁਪਏ ਨਾਲ ਗਰੀਬੀ ਨਹੀਂ ਚੱਕੀ ਜਾ ਸਕਦੀ। ਗਰੀਬੀ ਚੱਕ ਸਕਦੇ ਆ ਤੁਹਾਡੇ ਬੱਚੇ, ਬੱਚਿਆਂ ਨੂੰ ਚੰਗਾ ਪੜ੍ਹਾ ਲਿਖਾ ਲਓ, ਰੋਟੀ ਭਾਵੇਂ ਅੱਧੀ ਖਾ ਲਿਓ ਪਰ ਬੱਚਿਆਂ ਨੂੰ ਪੜ੍ਹਾ ਲਓ। ਹੁਣ ਪਹਿਲਾਂ ਵਾਲਾ ਕੰਮ ਨਹੀਂ, ਪਹਿਲਾਂ ਬੰਦੇ ਜਿਹੜਾ ਗਰੀਬ ਬੰਦਾ ਸੀ ਆਪਦੇ ਬੱਚੇ ਨੂੰ ਪੜ੍ਹਾ ਲਿਖਾ ਤਾਂ ਲੈਂਦਾ ਸੀ ਢਿੱਡ ਬੰਨ ਕੇ, ਪਰ ਜਦੋਂ ਪੜ੍ਹ ਲਿਖ ਜਾਂਦਾ ਸੀ ਕੋਈ ਨੌਕਰੀ ਨਹੀਂ ਮਿਲਦੀ ਸੀ ਤੇ ਬੱਚੇ ਹੀ ਇੱਥੇ ਠੇਡੇ ਖਾਂਦੇ ਫਿਰਦੇ ਸੀ। ਪਰ ਹੁਣ ਸਰਕਾਰ ਉਹਨਾਂ ਬੱਚਿਆਂ ਨੂੰ ਨੌਕਰੀ ਦਿੰਦੀ ਹੈ ਜਿਹੜੇ ਪੂਰੇ ਕਾਬਲ ਹੋਣ, ਜਿਹਨੇ ਸਭ ਤੋਂ ਵੱਧ ਨੰਬਰ ਇਮਤਿਹਾਨਾਂ ਦੇ ਵਿੱਚੋਂ ਲਏ ਹੋਣ। ਬਾਕੀ ਗਰੀਬਾਂ ਵਾਸਤੇ ਹੋਰ ਇੱਕ ਦੱਸਦਿਆਂ ਕਿ ਜਿਹੜੇ ਬੱਚੇ BA MA ਕਰਕੇ IAS ਬਣਨਾ ਚਾਹੁੰਦੇ ਆ, ਕਿਸੇ ਦਾ DC ਬਣਨ ਦਾ ਸੁਪਨਾ, ਕਿਸੇ ਦਾ SDM ਬਣਨ ਦਾ, ਪਰ ਜੇਬ ਦੇ ਵਿੱਚ ਉਸ ਪੜ੍ਹਾਈ ਲਈ ਪੈਸੇ ਨਹੀਂ ਹੁੰਦੇ। ਆਹ ਤੁਹਾਡੇ ਮੋਗੇ ਦੇ ਵਿੱਚ UPSC ਸੈਂਟਰ ਖੋਲ੍ਹਿਆ ਪੰਜਾਬ ਨੇ ਪਹਿਲਾ, ਜਿੱਥੇ ਗਰੀਬਾਂ ਦੇ ਬੱਚਿਆਂ ਨੂੰ ਬਿਲਕੁਲ ਮੁਫ਼ਤ ਪੜ੍ਹਾਇਆ ਜਾਂਦਾ, ਬਿਲਕੁਲ ਮੁਫ਼ਤ ਅਫਸਰ ਬਣਨ ਵਾਸਤੇ। ਸੋ ਜੇ ਕੋਈ ਤੁਹਾਡਾ ਬੱਚਾ ਵੀ ਹੈ, ਧੀ ਪੁੱਤ ਹੈ, ਉਹਨੂੰ ਮੋਗੇ ਭੇਜ ਸਕਦੇ, ਉੱਥੇ ਪੜ੍ਹਾਈ ਕਰ ਸਕਦਾ ਹੈ, ਕੱਲ੍ਹ ਨੂੰ ਵੱਡਾ ਅਫਸਰ ਬਣੂਗਾ, ਕੋਈ DC ਲੱਗੂ, ਕੋਈ SDM ਲੱਗੂਗਾ, ਤਾਂ ਕਿ ਤੁਹਾਡੇ ਘਰ ਦਾ, ਘਰ ਦੀ ਗਰੀਬੀ ਚੱਕ ਸਕੇ ਔਰ ਤੁਹਾਡੇ ਪਿੰਡ ਦਾ ਵੀ ਵਿਕਾਸ ਕਰ ਸਕੇ। ਸੋ ਮੈਂ ਬਹੁਤ ਧੰਨਵਾਦੀ ਹਾਂ, ਤੁਸੀਂ ਇੰਨੀ ਗਰਮੀ ਦੇ ਵਿੱਚ, ਇੰਨੀ ਤਾਦਾਦ ਦੇ ਵਿੱਚ ਬੈਠੇ ਹੋ, ਮੇਰਾ ਤੁਹਾਡੇ ਚਰਨਾਂ ਵਿੱਚ ਸਿਰ ਝੁਕਦਾ ਹੈ ਔਰ ਮੈਂ ਮਾਫ਼ੀ ਮੰਗਦਾ ਕਿ ਅਸੀਂ ਥੋੜ੍ਹਾ ਲੇਟ ਵੀ ਹੋ ਗਏ ਹਾਂ। ਸੋ ਇੰਨਾ ਕੁ ਕਹਿੰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।